28ਵਾਂ ਸਲੋਕ ਨੌਵੇਂ ਮਹੱਲੇ ਜੀ ਦੇ ਸਲੋਕ ਬੜੇ ਧਿਆਨ ਨਾਲ ਸੁਣਿਆ। ਮਾਇਆ ਕਾਰਣ ਧਾਵਹੀ, ਮਾਇਆ ਕਾਰਣ ਧਾਵਹੀ, ਮੂਰਖ ਲੋਕ ਅਜਾਣ, ਬਿਨ ਹਰ ਭਜਨ, ਕਉ ਨਾਨਕ ਬਿਨ ਹਰ ਭਜਨ, ਤਿਰਥ ਜਨਮ ਸਿਰਾਨ, ਜਨਮ ਸਿਰਾਨ, ਮਾਇਆ ਕਾਰਣ ਧਾਵਈ, ਮਾਇਆ ਕਾਰਣ ਧਾਵਈ। ਮੈਂ ਧਾਵਈ ਦੇ ਅਰਥ ਲੱਭੇ, ਧਾਵਈ ਦੇ ਅਰਥ ਮਗਰ ਭਜਦਾ ਫਿਰਦਾ। ਆਖੋ ਸਤਨਾਮ, ਮਾਇਆ ਕਾਰਣ ਧਾਵਈ, ਭਜਦਾ ਫਿਰਦਾ ਮਾਇਆ ਵਿੱਚ। ਮੂਰਖ ਹੈ, ਅਣਜਾਣ ਹੈ, ਕਿਸੇ ਵਿਰਲੇ ਗੁਰਮੁਖਾਂ ਨੂੰ ਛੱਡਿਆ ਹੈ, ਨਹੀਂ ਤੇ ਹਰ ਬੰਦਾ ਮਾਇਆ ਨੇ ਲਪੇਟਿਆ ਪਿਆ। ਆਖੋ ਸਤਿਨਾਮ, ਲਪੇਟਿਆ ਭੱਖ ਅਭੱਖ ਸਭ ਖਾਏ। ਆਖੋ ਸਤਿਨਾਮ, ਵੇਖਦਾ ਹੀ ਨਹੀਂ ਅਸੂਲ ਕੀ ਹੈ, ਮਰਿਆਦਾ ਕੀ ਹੈ, ਵੇਖਦਾ ਹੀ ਨਹੀਂ। ਆਣੀ ਚਾਹੀਦੀ ਭਜਦਾ ਫਿਰ ਮਾਇਆ ਵਿੱਚ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਦਾਂ ਜਗ ਖਾਇ, ਇਹਦੇ ਦੰਦ ਵੀ ਨਹੀਂ ਬਿਨਾਂ ਦੰਦਾਂ ਤੋਂ ਖਾਂਦੀ। ਮਨਮੁਖ ਖਾਧੇ ਗੁਰਮੁਖ ਉਭਰੇ, ਜਿਹਨੇ ਸੱਚ ਨਾਮ ਚਿੱਤ ਲਾਇਆ। ਕੁਝ ਗੁਰਮੁਖ ਵਿਰਲੇ ਬਚੇ ਨੇ, ਦੂਜੇ ਦਾ ਸਵਾਰ ਕੇ ਖੁਸ਼ ਹੁੰਦੇ ਆ, ਦੂਜੇ ਨੂੰ ਕੁਝ ਕਰਕੇ ਪ੍ਰਸੰਨ ਹੁੰਦੇ। ਬਾਕੀ ਦੁਨੀਆ ਇਸ ਮਾਇਆ ਕਰਕੇ ਕਹਿੰਦੇ ਦੌੜੀ ਫਿਰਦੀ ਹੈ, ਭੱਖ ਵੱਖ ਸਭ। ਗੁਰੂ ਤੇਗ ਬਹਾਦਰ ਜੀ ਕਹਿੰਦੇ, ਗੁਰੂ ਤੇਗ ਬਹਾਦਰ ਕਹਿੰਦੇ, ਮੇਰੀ ਗੱਲ ਸੁਣ ਲੈ, ਤੇਰਾ ਜਨਮ ਬਿਰਥਾ ਚੱਲ ਜੂ, ਇਹਦੇ ਮਗਰ ਭੱਜਿਆ ਫਿਰੇਗਾ, ਭੱਜਿਆ ਫਿਰੇਗਾ, ਤੇਰਾ ਜਨਮ ਬਿਰਥਾ ਚੱਲ ਜੂ, ਅਸਲੀ ਕੰਮ ਕੁਝ ਹੋਰ ਕਰਨਾ ਹੈ। ਮਾਇਆ ਕਾਰਣ ਧਾਵਹੀ, ਮੂਰਖ ਲੋਕ ਅਣਜਾਣ, ਕਉ ਨਾਨਕ ਬਿਨ ਹਰ ਭਜਨ, ਫਿਰ ਭਜਨ ਮਸੀਰਾਨ। ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਐਸੇ ਗੁਰ ਕੋ ਆਈਏ